बिल्कुल हमेशा ही सानू उस गुरु महाराज के ओट आसरे की लोड़ होंदी है। ओट आसरा लैके असी पहला भी साड़ी कौम ने साड़े लोगों ने जित्तां प्राप्त कीतियां ने, हुण भी जिहड़ी जित्त है ये काले कानून है ਇਹ ਰੱਦ ਕਰਾ ਕੇ ਰਹਾਂਗੇ। ਇਹ ਜਿੱਤ ਹੈ ਜਿਹੜੀ ਇਹ ਹਰ ਹਾਲਤ ਹੋਣੀ ਹੈ। ਪਹਿਲਾਂ ਇਹ ਪਲਾਨ ਸੀ ਵੀ ਮਹਾਰਾਜ ਅਗਵਾਈ ਕਰਨਗੇ ਫਿਰ ਬਾਅਦ ਦੇ ਵਿੱਚ ਪਲਾਨ ਡ੍ਰੌਪ ਕੀਤਾ ਹੈ ਜੀ? ਨਹੀਂ, ਮੇਰੇ ਇਸ ਧਿਆਨ 'ਚ ਨਹੀਂ ਹੈ ਕਿਉਂਕਿ ਮੈਂ ਮੌਕੇ ਤੇ ਆਇਆ। ਜਿਹੜੇ ਪ੍ਰਬੰਧਕ ਹੈ ਇਹ ਉਹਨਾਂ ਨੂੰ ਤੁਸੀਂ ਪੁੱਛ ਸਕਦੇ। ਇਹ ਕਾਫਿਲਾ ਹੁਣ ਲਗਾਤਾਰ ਇੱਥੇ ਹੀ ਦਿੱਲੀ ਤੱਕ ਜਾਏਗਾ ਰੂਟੀਨ ਨੇ? ਬਿਲਕੁਲ ਬਿਲਕੁਲ ਦਿੱਲੀ ਤੱਕ ਜਾਏਗਾ। ਕੇਐਮਪੀ ਜਿਹੜਾ 24 ਘੰਟਾ ਦਾ ਰੋਕਣਾ ਹੈ ਉਹਨੂੰ ਰੋਕ ਕੇ ਸਾਰਾ ਕਾਫਲਾ ਫਿਰ ਉੱਥੇ ਚਾਰ ਦਿਨ ਉੱਥੇ ਰਹੂਗਾ। ਇਹ ਤੁਸੀਂ ਉੱਥੇ ਰਹੋਗੇ ਫਿਰ ਉੱਥੇ ਸਿੰਘੂ ਜਿਵੇਂ ਪਹਿਲਾਂ ਰਹਿੰਦੇ ਸੀਗੇ? ਬਿਲਕੁਲ। ਇਹ ਕਿਉਂਕਿ ਜਿਹੜਾ ਜਥੇਬੰਦੀਆਂ ਹੈਗੀਆਂ ਇਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਵੀ ਭਾਈ ਲੱਖਾ ਇੱਥੇ ਆ ਕੇ ਸਾਡੇ ਕੋਲੇ ਰਹੂਗਾ। ਜੇ ਕੋਈ ਪੁਲਿਸ ਨੂੰ ਤੰਗ ਪਰੇਸ਼ਾਨ ਕਰਦੀ ਆ, ਫੜਨ ਦੀ ਕੋਸ਼ਿਸ਼ ਕਰਦੀ ਆ, ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਕਿਸਾਨ ਜਿਹੜਾ ਸਾਂਝਾ ਮੋਰਚਾ। ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਕਿ ਕੱਲ ਮੇਰੇ ਭਰਾ ਨੂੰ ਜਿਹੜੀ ਦਿੱਲੀ ਪੁਲਿਸ ਆ ਉਹ ਗ੍ਰਿਫਤਾਰ ਕਰਕੇ ਲੈ ਜਾ ਚੁੱਕੀ ਹੈ। ਗੁਰਦੀਪ ਸਿੰਘ ਮੁੰਡੀ ਤੇ ਇੱਕ ਉਹਦਾ ਦੋਸਤ ਸੀਗਾ ਮੁੰਡਾ ਗੁਰਪ੍ਰੀਤ, ਇਹਨਾਂ ਦੋਨਾਂ ਨੂੰ ਜਿਹੜੀ ਉਹ ਪੁਲਿਸ ਹੈ ਪਟਿਆਲਿਓਂ ਕੱਲ ਰਾਤ ਨੂੰ ਪੇਪਰ ਸੀ ਉਹਦਾ ਪੇਪਰ ਦੇਣ ਗਿਆ ਸੀ, ਲਾਪਤਾ ਨੇ ਜਿਹੜੀਆਂ ਅਸੀਂ ਸੀਸੀਟੀਵੀ ਫੁਟੇਜ ਕਢਾਈਆਂ ਨੇ ਉਹਦੇ 'ਚ ਆ ਰਿਹਾ ਕਿ ਉਹਨੂੰ ਪੁਲਿਸ ਵਾਲੇ ਜਿਹੜੇ ਹੈਗੇ ਆ ਉੱਥੋਂ ਗੁਰਦੁਆਰਾ ਜਿਹੜਾ ਬਹਾਦਰਗੜ੍ਹ ਹੈਗਾ ਉੱਥੋਂ ਚੱਕ ਕੇ ਲਿਜਾ ਰਹੇ ਆ। ਹਾਂਜੀ ਪੱਕਾ ਪੱਕਾ ਸਾਰਾ ਪੱਕਾ ਸਾਡੇ ਉਹਨਾਂ ਦੇ ਕੱਲ ਦੇ ਦੋਵਾਂ ਦੇ ਰਾਤ ਦੇ ਫੋਨ ਬੰਦ ਆ ਰਹੇ ਨੇ। ਅਸੀਂ ਉਦੋਂ ਬਾਅਦ ਜਿਹੜੀ ਸੀਸੀਟੀਵੀ ਫੁਟੇਜ ਕਢਾਈ ਆ ਕੈਮਰਾ ਰਿਕਾਰਡ ਉਹ ਸਾਫ ਆ ਰਿਹਾ ਕਿ ਪੁਲਿਸ ਦੇ ਮੁਲਾਜ਼ਮ ਨੇ ਕਈ ਗੱਡੀਆਂ ਨੇ ਉਹਨੂੰ ਚੱਕ ਕੇ ਲਿਜਾ ਰਹੀਆਂ ਨੇ। ਮੇਰੇ ਸਕੇ ਸਕੇ ਚਾਚੇ ਦਾ ਮੁੰਡਾ ਹੈ, ਨਾਲ ਇੱਕੋ ਪਰਿਵਾਰ ਸਾਡਾ ਸਾਂਝਾ ਪਰਿਵਾਰ ਇਕੱਠੇ ਰਹਿੰਦੇ ਆ। ਕਿਉਂ ਲੈ ਕੇ ਗਈ ਬਾਈ ਉਹਨਾਂ? ਇਹੀ ਤਾਂ ਪੁੱਛਣ ਵਾਲੀ ਗੱਲ ਹੈ, ਸਮਝ ਨਹੀਂ ਆ ਰਹੀ ਕਿ ਉਹ ਕਿਸੇ ਵੀ ਮਤਲਬ ਕਿ ਇਸ ਤਰ੍ਹਾਂ ਦੇ ਵਾਕੇ 'ਚ ਸ਼ਾਮਿਲ ਨਹੀਂ ਹੈਗਾ, ਕਿਸੇ ਇਸ ਤਰ੍ਹਾਂ ਦੇ ਕੋਈ ਉਹ 26 ਵਾਲੀ 25 ਵਾਲੀ ਘਟਨਾ 'ਚ ਨਹੀਂ ਹੈ। ਬਿਮਾਰ ਰਹਿੰਦਾ ਵੈਸੇ ਹੀ, ਬਿਮਾਰ ਆ ਉਹ, ਤੇ ਉਹਨੂੰ ਪੁਲਿਸ ਕਿਉਂ ਚੱਕ ਕੇ ਲਿਜਾਂਦੀ ਆ? ਪੁਲਿਸ ਨੇ ਉਹਨੂੰ ਚੱਕਿਆ ਕੱਲ ਪਟਿਆਲਿਓਂ, ਅੱਜ ਉਹਦਾ ਪੇਪਰ ਸੀਗਾ ਉੱਥੇ ਲਾ ਦਾ ਪੇਪਰ ਦੇਣ ਗਿਆ ਸੀ, ਕੱਲ ਉਹਨੂੰ ਰਾਤ ਨੂੰ ਤਕਰੀਬਨ 8 ਵਜੇ ਪੁਲਿਸ ਚੱਕ ਕੇ ਲਿਜਾਂਦੀ ਆ ਗੁਰਪ੍ਰੀਤ ਸਿੰਘ ਨੂੰ ਉਹਦਾ ਦੋਸਤ ਸੀ ਨਾਲ। ਇਹ ਉਹਨਾਂ ਨੂੰ ਪੁੱਛਿਆ ਜੀ ਹੈ ਜੀ। ਦੇਖੋ ਜੀ ਜਥੇਬੰਦਕਾਂ ਨੂੰ ਪੁੱਛੋ, ਪਰ ਜਿਹੜਾ ਵੀ ਇਸ ਮੋਰਚੇ ਦਾ ਹਿੱਸਾ ਚਾਹੇ ਕਿੱਥੋਂ ਤੱਕ ਜਾਣਗੇ, ਸਾਰੇ ਸਾਡਾ ਸਾਡੇ ਭਰਾ ਨੇ, ਅਸੀਂ ਸਭ ਦੇ ਨਾਲ ਹੈ, ਉਹ ਸਾਡੇ ਨਾਲ ਹੈ। ਹਾਂਜੀ ਕਿੱਥੋਂ ਤੱਕ ਜਾਣਗੇ ਇਸ ਕਾਫਲੇ ਦੇ ਨਾਲ? ਦਿੱਲੀ ਜਾਵਾਂਗੇ ਯਾਰ, ਦਿੱਲੀ ਕਹਿ ਕੇ ਜਾਏ ਤਾਂ ਦਿੱਲੀ ਜਾਵਾਂਗੇ। ਨਹੀਂ ਜਾਵਾਂਗੇ, ਹਾਂ ਰਹਾਂਗੇ ਯਾਰ। ਜੇ ਗੱਲ ਅਸੀਂ ਆਪਦੀਆਂ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜ ਰਹੇ ਹਾਂ, ਆਪਦੀ ਹੋਣ ਦੀ ਲੜਾਈ ਲੜ ਰਹੇ ਹਾਂ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਬਿਲਕੁਲ ਏਕਾ ਹੋਣਾ ਬੜਾ ਜ਼ਰੂਰੀ ਹੈ ਬਾਈ, ਏਕੇ ਬਿਨਾਂ ਅਸੀਂ ਜਿੱਤ ਨਹੀਂ ਸਕਦੇ। ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਇਸ ਮੋਰਚੇ ਨੂੰ ਇਸ ਜਿੱਦੇ ਬਾਈ ਆਪਾਂ ਤੁਰੇ ਸੀ, ਮੈਨੂੰ ਐਂ ਦੱਸੋ, ਆਪਾਂ ਇਹ ਤੁਰੇ ਸੀ ਵੀ ਕਾਮਰੇਡਾਂ ਦਾ ਮੋਰਚਾ ਹੈ, ਸਿੱਖਾਂ ਦਾ ਮੋਰਚਾ ਹੈ, ਹਿੰਦੂਆਂ ਦਾ ਮੋਰਚਾ ਹੈ, ਮੁਸਲਮਾਨਾਂ ਦਾ ਮੋਰਚਾ ਹੈ, ਮੋਰਚਾ ਸੀ ਸਭ ਦਾ ਸਾਂਝਾ। ਜਿੱਦੇ ਪੰਜਾਬ ਤੁਰਿਆ, ਹਰਿਆਣਾ ਤੁਰਿਆ 26 ਨਵੰਬਰ ਨੂੰ, ਉਦੇ ਤੁਰਿਆ ਸੀ ਵੀ ਇਹ ਧਰਤੀ ਮਾਂ ਦੇ ਪੁੱਤ ਤੁਰੇ ਸੀ, ਆਪਦੀਆਂ ਫਸਲਾਂ ਨਸਲਾਂ ਨੂੰ ਬਚਾਉਣ, ਆਪਣੀਆਂ ਹੋਂਦਾਂ ਨੂੰ ਬਚਾਉਣ, ਤੇ ਇਹ ਮਸਲਾ ਕਿਉਂ ਬਣਾਇਆ ਗਿਆ? ਇਹ ਸਰਕਾਰ ਦੀਆਂ ਚਾਲਾਂ ਸੀ, ਸਰਕਾਰ ਨੇ ਮਸਲਾ ਬਣਾਇਆ, ਜਾਣ ਬੁੱਝ ਕੇ ਸਾਨੂੰ ਤੁਹਾਨੂੰ ਦਫਾੜ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇੱਕ ਹੈ ਤੇ ਇੱਕੇ ਨਾਲ ਹੀ ਮੋਰਚਾ ਜਿੱਤਾਂਗੇ। ਗੁੱਸੇ ਗਲੇ ਬਾਈ ਮੱਕੜ, ਆਪਾਂ ਇੱਥੇ ਆ ਕੇ ਨਿਬੇੜ ਲਾਂਗੇ। ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਇਹ ਮੋਰਚੇ ਨੂੰ ਫਤਿਹ ਕਿਵੇਂ ਕਰਨਾ ਹੈ, ਜਿੱਤ ਕਿਵੇਂ ਹਾਸਲ ਕਰਨੀ ਹੈ, ਕਿਉਂਕਿ ਜੇ ਅਸੀਂ ਹਾਰ ਜਾਂਦੇ ਹਾਂ ਨਾ ਤਾਂ ਸਾਡੇ ਪੰਜਾਬ ਨੇ, ਸਾਡੇ ਪੂਰੇ ਇਸ ਧਰਤੀ ਨੇ, ਇਸ ਖਿੱਤੇ ਨੇ ਤਬਾਹ ਹੋ ਜਾਣਾ। ਉਹ 'ਚ ਕੋਈ ਵੀ ਨਹੀਂ ਬਚਣਾ, ਨਾ ਪਰ ਸਿੱਖ ਬਚਣ, ਨਾ ਕਾਮਰੇਡ ਬਚਣ, ਨਾ ਹਿੰਦੂ, ਨਾ ਮੁਸਲਮਾਨ। ਨਵਦੀਪ ਹੋਣਾ ਨਾਲ ਗੱਲਬਾਤ ਹੋਈ ਹੈ ਅੱਗੋਂ? ਨਵਦੀਪ ਬਾਈ ਸ਼ੰਭੂ ਵਾਲੇ ਮੋਰਚੇ ਦੇ ਉੱਤੇ, ਸ਼ੰਭੂ ਵਾਲਾ ਜਿਹੜਾ ਬਾਰਡਰ ਹੈ ਉੱਥੇ ਵੱਡਾ ਕਾਫਲਾ ਲੈ ਕੇ ਸਾਡੇ ਨਾਲ ਰਲਣਗੇ। ਬਿਲਕੁਲ ਨਾਲ ਹੈ ਜੀ। ਸੰਘਰਸ਼ ਜੋ ਕੇਐਮਪੀ ਘੇਰਨ ਦਾ ਪ੍ਰੋਗਰਾਮ ਹੈ, ਉਦੋਂ ਬਾਅਦ ਜਿਵੇਂ ਸੰਸਦ ਦਾ ਘਰਾਓ ਦਾ ਹੈਗਾ, ਜਿਵੇਂ ਜਿਵੇਂ ਜਥੇਬੰਦੀਆਂ ਪ੍ਰੋਗਰਾਮ ਦੇਣਗੀਆਂ ਉਹਦੇ ਹਿਸਾਬ ਨਾਲ ਹੀ ਚੱਲਿਆ ਜਾਊਗਾ। ਕੋਈ ਨੀ ਯਾਰ, ਫੜ ਲੈਣਗੇ ਫਿਰ ਕੀ ਆ? ਮੈਂ ਤਾਂ ਪਹਿਲੇ ਦਿਨੋਂ ਨੀ ਭੱਜਿਆ, ਫੜ ਲੈਣ ਫਿਰ ਜਦੋਂ ਕਹਿੰਦੇ ਹੁੰਦੇ ਉਖਲੀ ਸਿਰ ਤੋਂ ਮੋਹਰਾਂ ਦਾ ਕੀ ਡਰ ਆ? ਜੇ ਗੱਲ ਕਰ ਰਹੇ ਹੋਂਦ ਨੂੰ ਬਚਾਉਣ ਦੀ, ਫੜ ਲੈਣ, ਮੈਨੂੰ ਵੀ ਪਤਾ ਮੈਂ ਅੱਜ ਨਹੀਂ ਤਾਂ ਕੱਲ ਫੜਿਆ ਜਾਣਾ।
ਪਰ ਮੈਨੂੰ ਲੈਣੇ ਕਿਉਂਕਿ ਮੇਰੇ ਭਰਾ ਨੂੰ ਚੱਕ ਕੇ ਲੈ ਗਏ ਹਾਲ ਤੇ ਕੋਈ ਉੱਕ ਸੁੱਕ ਨਹੀਂ ਨਿਕਲਿਆ ਬਾਈ ਤੁਹਾਡੇ ਪਰਿਵਾਰ ਨੇ ਤਾਂ ਨਹੀਂ ਤੰਗ ਪਰੇਸ਼ਾਨ ਕੀਤਾ ਨਹੀਂ ਪਰਿਵਾਰ ਨੂੰ ਮੇਰੇ ਸ਼ੁਰੂ ਸ਼ੁਰੂ ਚ ਬਾਈ ਮੱਕੜ ਕੀਤਾ ਸੀ ਤੰਗ ਪਰੇਸ਼ਾਨ ਪਰ ਉਦੋਂ ਬਾਅਦ ਮੇਰੇ ਪਰਿਵਾਰ ਨੂੰ ਕੋਈ ਤੰਗ ਪਰੇਸ਼ਾਨ ਕਿਹਨੂੰ ਕਿਹਨੂੰ ਲੈ ਕੇ ਇਹਨਾਂ ਨਾਮ ਦੱਸੋ ਮੇਰੇ ਗੁਰਦੀਪ ਸਿੰਘ ਮੇਰੇ ਚਾਚੇ ਦਾ ਪੁੱਤ ਹੈ ਸਕੇ ਦਾ ਗੁਰਪ੍ਰੀਤ ਸਿੰਘ ਰਾਮਪੁਰੇ ਦਾ ਦੋਸਤ ਉਹਨਾਂ ਨੂੰ ਚੱਕ ਲੈ ਗਏ ਆ ਕੌਣ ਤੇ ਪੰਜਾਬ ਪੁਲਿਸ ਨਹੀਂ ਦਿੱਲੀ ਪੁਲਿਸ ਪਟਿਆਲੇ ਤੋਂ ਕੱਲ ਰਾਤ ਹੁਣ ਹੁਣ ਤੁਸੀਂ ਸੰਬੋਧਨ ਕਰਨਾ ਹੈ ਇੱਧਰ ਨੂੰ ਮੂੰਹ ਕਰ ਲਓ ਹੁਣ ਸੰਬੋਧਨ ਕਰੋਗੇ ਤੁਸੀਂ ਕਿੱਥੇ ਬਾਈ ਬਹੁਤ ਚੱਲਿਆ ਜਾਣਾ ਬਾਈ ਕਾਫਲੇ ਨੇ ਤੁਰਦੇ ਜਾਣਾ ਸੰਬੋਧਨ ਕਰਾਂਗੇ ਦਿੱਲੀ ਜਾ ਕੇ ਕੇਐਮਪੀ ਤੇ ਜਾ ਕੇ ਹਾਂ ਸਾਰੀ ਮੀਡੀਆ ਇੱਧਰ ਦੇਖ ਰਿਹਾ ਹੈ ਫਿਰ ਬਾਈ ਜੀ ਪਿੱਛੇ ਨੂੰ ਉਹ ਬਾਈ ਲੱਖਾ ਸਦਾਣਾ ਹੁਣ ਪਹੁੰਚ ਗਏ ਨੇ ਲੱਖਾ ਸਦਾਣਾ ਹੁਣੇ ਕਾਫਲੇ ਦੇ ਵਿੱਚ ਨੇ ਕਮਲ ਇੱਕ ਵਾਰ ਕਾਫਲਾ ਦਿਖਾ ਦਿਓ ਪਿੱਛੇ ਬਾਈ ਸਨੇਹਾ ਮੈਂ ਲੋਕਾਂ ਨੂੰ ਇਹ ਦੇਣਾ ਚਾਹਣਾ ਕਿ ਮੇਰਾ ਵੀਰ ਮੰਨ ਲਓ ਬਾਈ ਇੱਕ ਮਿੰਟ ਆ ਗਿਆ ਮੈਂ ਇਹ ਦੇਣਾ ਚਾਹੁੰਦਾ ਸੁਨੇਹਾ ਕਿ ਸਾਡੇ ਕਿ ਮੰਨ ਲਓ ਇਹ ਨਾ ਜਿਵੇਂ ਹੁਣ ਅੱਜ ਹਜ਼ਾਰਾਂ ਦੀ ਗਿਣਤੀ ਚ ਨੌਜਵਾਨ ਗੱਡੀਆਂ ਲੈ ਕੇ ਆਏ ਨੇ ਤਾਂ ਇਹ ਲੱਖੇ ਦੀ ਕਾਲ ਤੇ ਨਾ ਹੁਣ ਲੱਖਾਂ ਅੰਦੋਲਨ ਕਰਕੇ ਆ ਅੰਦੋਲਨ ਲੱਖੇ ਕਰਕੇ ਨਹੀਂ ਆ ਤੇ ਕੱਲ ਨੂੰ ਲੱਖਾ ਫੜਿਆ ਵੀ ਜਾਂਦਾ ਲੱਖਾ ਜੇਲ੍ਹ ਵੀ ਚਲਾ ਜਾਂਦਾ ਇਹ ਨਾ ਹੋਵੇ ਨੌਜਵਾਨ ਨਰਾਸ਼ ਹੋ ਕੇ ਘਰਾਂ 'ਚ ਬੈਠ ਜਾਣ ਨਹੀਂ ਯਾਰ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਮੋਰਚਾ ਇਹ ਅੰਦੋਲਨ ਤੁਹਾਡਾ ਆਪਣਾ ਜਿੱਤ ਤੁਹਾਡੀ ਆਪਣੀ ਹੈ ਹਾਰ ਵੀ ਤੁਹਾਡੀ ਆਪਣੀ ਹੋਊਗੀ ਮਰਾਂਗੇ ਸਾਰੇ ਅਸੀਂ ਸੋ ਇਸ ਕਰਕੇ ਬੇਨਤੀ ਕਰਦਾ ਮੇਰਾ ਵੀਰ ਆਹ ਕੰਮ ਦਾ ਟਾਈਮ ਹੈ ਬਾਡੀ ਦਾ ਟਾਈਮ ਹੈ ਬਾਡੀ ਦਾ ਟਾਈਮ ਜਦੋਂ ਆਪਣਾ ਨਿਕਲਦਾ ਨਾਲ ਦੀ ਨਾਲ ਵਾਰੀਆਂ ਬੰਨ ਕੇ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਓ ਤਾਂ ਕਿ ਸਰਕਾਰ ਤੱਕ ਦਬਾਅ ਬਣੇ ਗੱਲਬਾਤ ਸ਼ੁਰੂ ਹੋਵੇ ਡੈਡਲੌਕ ਹੋਇਆ ਟੁੱਟੇ ਤੇ ਉਹ ਤੋਂ ਬਾਅਦ ਜਿਹੜਾ ਇਹ ਰੱਦ ਕਾਨੂੰਨ ਆਪਾਂ ਕਰਾ ਸਕੀਏ ਕਿਉਂਕਿ ਇਹ ਗੱਲ ਯਾਦ ਰੱਖਿਓ ਬਾਈ ਮੈਂ ਬਹੁਤ ਵਾਰ ਕਹਿੰਦਾ ਹੁੰਦਾ ਨੁਕਸਾਨ ਬਾਈ ਮੇਰੇ ਵਰਗੇ ਦਾ ਕੋਈ ਨਹੀਂ ਹੋਣਾ ਕਿਸੇ ਆਗੂ ਦਾ ਕੋਈ ਨਹੀਂ ਹੋਣਾ ਹਨਾ ਨੁਕਸਾਨ ਹੋਣਾ ਸਮੁੱਚੇ ਪੰਜਾਬ ਦਾ ਸਮੁੱਚੇ ਲੋਕਾਂ ਦਾ ਹਰ ਚੁੱਲ੍ਹੇ ਦਾ ਨੁਕਸਾਨ ਹੋਣਾ ਹਰ ਘਰ ਦਾ ਹਰ ਜਨ ਜਨ ਦਾ ਨੁਕਸਾਨ ਹੋਣਾ ਸੋ ਇਸ ਕਰਕੇ ਮੈਂ ਕਹਿੰਦਾ ਯਾਰ ਇਸ ਗੱਲਾਂ 'ਤੇ ਨਾ ਪਿਆ ਕਰੋ ਵੀ ਸਾਨੂੰ ਫਲਾਨਾ ਸੁਨੇਹਾ ਦਊਗਾ ਫਲਾਨਾ ਮੈਂ ਤੁਹਾਡੇ ਨਾਲ ਕਹਿਣਾ ਚਾਹੁੰਦਾ ਚਾਹੇ ਦੀਪ ਹੈ ਦੀਪ ਵੀ ਇਸ ਅੰਦੋਲਨ ਦਾ ਹਿੱਸਾ ਸੀ ਮੈਂ ਸਮਝਦਾ ਬਾਈ ਅੱਜ ਵੀ ਹਿੱਸਾ ਚਾਹੇ ਹੋਰ ਵੀ ਕੋਈ ਜਥੇਬੰਦੀ ਵਾਲੇ ਕੋਈ ਵੀ ਆਗੂ ਸਾਡੇ ਖਿਲਾਫ ਜੋ ਵੀ ਬੋਲਿਆ ਜੋ ਵੀ ਕਰਿਆ ਮੈਂ ਕਹਿੰਦਾ ਉਹਨਾਂ ਸਾਰੀਆਂ ਗੱਲਾਂ ਤੇ ਮਿੱਟੀ ਪਾ ਕੇ ਮੇਰਾ ਵੀਰ ਆਪਾਂ ਇੱਕ ਹੋ ਜਾਈਏ ਬਹੁਤ ਵੱਡੀ ਅੱਜ ਇੱਕੇ ਦੀ ਲੋੜ ਹੈ ਜੇ ਅੱਜ ਨਾ ਅਸੀਂ ਇੱਕ ਹੋਏ ਕੇਂਦਰ ਨੇ ਬਾਈ ਸਾਡੀ ਪੰਜਾਬ ਦੀ ਬਾਂਹ ਮਰੋੜਨੀ ਸ਼ੁਰੂ ਕਰ ਦਿੱਤੀ ਕੱਲ 700 ਰੁਪਏ ਕਿਲੋ ਆਪਣੀ ਬੋਰੀ ਚੱਕਦੀ ਡੀਏਪੀ ਦੀ ਅੱਛਾ ਸਿੱਧੀ ਅਦਾਇਗੀ ਸਾਨੂੰ ਕਰ ਰਹੇ ਨੇ ਉਹਦੇ ਕੱਲ ਉਹਨਾਂ ਨੇ ਸਾਥ ਜਵਾਬ ਦਾ ਵੀ ਸਿੱਧੀ ਅਦਾਇਗੀ ਕਰਾਂਗੇ ਸਿੱਧੇ ਪੈਸੇ ਪਾਵਾਂਗੇ ਅਸੀਂ ਉਹ ਆੜਤੀਆਂ ਵਾਲਾ ਕੰਮ ਖਤਮ ਕਰਾਂਗੇ ਦੂਜੀ ਗੱਲ ਬਾਰਦਾਨਾ ਬਾਈ 5.5-6 ਲੱਖ ਦੇ ਕਰੀਬ ਸਾਨੂੰ ਇਕੱਠਾ ਚਾਹੀਦੀ ਉਹਨਾਂ 1.5 ਲੱਖ ਬਾਰਦਾਨਾ ਦਿੱਤਾ ਸਾਡੀ ਕਣਕ ਨਹੀਂ ਕੋਈ ਚੱਕਣ ਨੂੰ ਤਿਆਰ ਚਲੋ ਕਣਕ ਐਤਕੀ ਵੋਟਾਂ ਨੇ ਬਾਈ ਬਾਈ ਦੀਆਂ ਹੋ ਸਕਦਾ ਪੰਜਾਬ ਸਰਕਾਰ ਪੰਜਾਬ ਕੋਈ ਇਸ ਤਰ੍ਹਾਂ ਚੱਕ ਲੈ ਕਰਦੇ ਕੁਰਦੇ ਚੱਕ ਕੇ ਝੋਨਾ ਸਾਡਾ ਬਾਈ ਕਿਸੇ ਨੇ ਚੱਕਣਾ ਅਸੀਂ ਭੁੱਖੇ ਮਰਾਂਗੇ ਬਿਲਕਾਂਗੇ ਰੋਵਾਂਗੇ ਬਾਈ ਰੋਵਾਂਗੇ ਮੈਂ ਇਹੀ ਬੇਨਤੀ ਕਰਦਾ ਬਾਈ ਬਾਈ ਬਣ ਕੇ ਮੀਟਰ ਵੀ ਲੱਗ ਰਹੇ ਆ ਪ੍ਰੀਪੇਡ ਮੀਟਰ ਬਾਈ ਬਿਜਲੀ ਵਾਲਾ ਕਾਨੂੰਨ ਵੀ ਲਿਆਏ ਬੀਜਾਂ ਵਾਲਾ ਵੀ ਲਿਆਏ ਜਾਨੀ ਉਹਨਾਂ ਦੀ ਇਹ ਆ ਵੀ ਅਸੀਂ ਪੰਜਾਬ ਨੂੰ ਮਸਲ ਦੇਣਾ ਪਰ ਬਾਈ ਜੇ ਮੇਰੀ ਬੇਨਤੀ ਆ ਦੇਖੋ ਤੁਹਾਡੇ ਕੈਮਰਿਆਂ ਮੁਰੇ ਅਸੀਂ ਧੜਿਆਂ ਬਾਜ਼ੀਆਂ ਤੋਂ ਉੱਠ ਕੇ ਜਿਹੜੀ ਬਨਾਮ ਬਨਾਮ ਦੀ ਮੈਂ ਖੇਡ ਕਹਿਣਾ ਹੁੰਦਾ ਇਹਨੂੰ ਛੱਡ ਕੇ ਬਾਈ ਬਣ ਕੇ ਇਸ ਮੋਰਚੇ ਲਈ ਇਕਜੁੱਟ ਹੋ ਜਾਈਏ ਕਿਉਂਕਿ ਜੇ ਮੋਰਚਾ ਜਿੱਤੂਗਾ ਬਾਈ ਜਿੱਤ ਸਭ ਦੀ ਹੋਣੀ ਹੈ ਕਿਉਂਕਿ ਹਰ ਬੰਦੇ ਦਾ ਯੋਗਦਾਨ ਆ ਹਰ ਬੰਦੇ ਦਾ ਰੋਲ ਹੈ ਚਾਹੇ ਕਿਸਾਨ ਆਗੂ ਨੇ ਚਾਹੇ ਕੋਈ ਆਮ ਲੋਕ ਨੇ ਹਰ ਬੰਦੇ ਦਾ ਬਰਾਬਰ ਦਾ ਬਾਈ ਯੋਗਦਾਨ ਮੀਡੀਆ ਨਾਲ ਗਿਲਾ ਸੀ ਤੁਹਾਡਾ ਵੀ ਸਾਥ ਹਾਂ ਬਾਈ ਮੱਕੜੇ ਗੱਲ ਜ਼ਰੂਰ ਆ ਸ਼ੁਰੂ ਸ਼ੁਰੂ ਜਦੋਂ ਮੇਰਾ ਸਰਕਾਰ ਨੇ ਨਾਮ ਲਾਣਿਆ ਤੇ ਮੈਂ ਮਹਰਾਜ ਰੈਲੀ ਤੇ ਆਇਆ ਉਹਨਾਂ ਸਾਰੇ ਬੋਲਿਆ ਮੇਰੇ ਘਰੇ ਕੋਈ ਰਾਤ ਕਰਾਉਣ ਨੂੰ ਤਿਆਰ ਨਹੀਂ ਸੀ ਮੀਡੀਆ ਬਾਈ ਜਮਾ ਹੀ ਪਾਸਾ ਵੱਟ ਗਿਆ ਕਿਉਂਕਿ ਮੇਰਾ ਪੇਜ ਬੰਦ ਕਰਤਾ ਹਨਾ ਮੈਂ ਉਹਦੀ ਆਵਾਜ਼ ਜਿਹੜੀ ਪਹੁੰਚਾਣੀ ਕੀ ਹਾਲ ਆ ਜੀ ਠੀਕ ਠਾਕ ਹੋ ਆ ਗਿਆ ਬਾਈ ਆ ਗਿਆ ਮੈਂ ਜਵਾਬ ਦੇਣਾ ਥੋੜਾ ਉਹ ਆਪਾਂ ਦਿੱਲੀ ਤੱਕ ਜਿਹੜਾ ਸਭ ਦਾ ਜਵਾਬ ਦੇਵਾਂਗੇ ਇੱਕ ਮਿੰਟ ਹੀ ਬਾਈ ਆ ਗਿਆ ਆ ਗੱਲ ਪੂਰੀ ਕਰ ਲਾਂ ਬਾਈ ਬਾਈ ਕਰ ਬਾਈ ਆ ਜਵਾਬ ਦੇ ਦੇ ਪਰ ਉਦੋਂ ਬਾਈ ਮੀਡੀਆ ਪਤਾ ਨਹੀਂ ਕਿਉਂ ਯਾਰ ਪਾਸੇ ਆਸੇ ਹੋ ਗਿਆ ਫਰਜ਼ ਬਣਦਾ ਸੀਗਾ ਮੇਰੀ ਆਵਾਜ਼ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਫਰਜ਼ ਸੀ ਹੈਨਾ ਪਰ ਮੈਂ ਜਿਹਦੇ ਨਾਲ ਵੀ ਸੰਪਰਕ ਕੀਤਾ ਮੈਂ ਨਾਂ ਨਹੀਂ ਲਊਂਗਾ ਚਲੋ ਵੀ ਆਪਣੇ ਭਰਾ ਨੇ ਮੇਰੇ ਇੰਟਰਵਿਊਆਂ ਕਰਕੇ ਵੀ ਮੁੱਕਰ ਕੇ ਚਲਾਈਆਂ ਹੀ ਨਹੀਂ ਯਾਰ ਵੱਡੇ ਚੈਨਲ ਨੇ ਕਹਿੰਦੇ ਕਹਿੰਦੇ ਉਹਨੂੰ ਨੋਟਿਸ ਆ ਗਿਆ ਸਾਨੂੰ ਐ ਹੋਗਾ ਮੈਂ ਕਿੱਡੀ ਗੱਲ ਆ ਹਨਾ ਮੀਡੀਆ ਦੇ ਵੱਡੇ ਵੱਡੇ ਇੱਥੇ ਲਦੇਨਾਰ ਕਹਿੰਦੇ ਇੰਟਰਵਿਊ ਵੀ ਕਰਦਾ ਰਿਹਾ ਐਡੀ ਗੱਲ ਹੁੰਦੀ ਆ ਤੁਸੀਂ ਤਾਂ ਨਿਰਪੱਖ ਗੱਲ ਕਰਨੀ ਹੈ ਤੁਹਾਡਾ ਕੰਮ ਹੈ ਇਹ ਬਾਈ ਗਿਲਾ ਸੀਗਾ ਪਰ ਹੁਣ ਗਿਲੇ ਸਾਰੇ ਬਾਈ ਧੋ ਦਿਓ ਇੱਕ ਤਾਂ ਮੇਰਾ ਵੀਰ ਤੁਸੀਂ ਵੀ ਮੀਡੀਆ ਵਾਲੇ ਬੇਨਤੀ ਆ ਬਾਈ ਤੁਸੀਂ ਕੋਈ ਵੀ ਆਗੂ ਕਿਸੇ ਬੰਦੇ ਦੇ ਮੂੰਹ ਤੇ ਪਾੜ ਹੋਣ ਵਾਲੀ ਗੱਲ ਨਾ ਕਰੋ ਇੱਕ ਇਹਦੀ ਗੱਲ ਕਰੋ ਬਸ ਬਾਈ ਕਿਸਾਨ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਹਰਿਆਣਾ ਯੂਪੀ ਰਾਜਸਥਾਨ ਦਾ ਇੱਕ ਜਿੰਦਾਬਾਦ ਜਿੰਦਾਬਾਦ ਆਪਾਂ ਬਾਈ ਸ਼ਾਂਤੀ ਨਾਲ ਜਾਣਾ ਕੱਲ ਨੂੰ ਕੇਐਮਪੀ ਬੰਦ ਕਰਨੀ ਹੈ
ਉਦੋਂ ਬਾਅਦ ਆਪਾਂ ਭਰਾਵੋ ਵਾਪਸ ਆਉਣਾ ਤੇ ਮੇਰਾ ਵੀਰ ਬੇਨਤੀਆਂ ਕਰਦਾ ਉੱਥੇ ਕਾਫਲੇ ਬੰਨ ਕੇ ਰੋਜ਼ ਦੀ ਰੋਜ਼ ਜਾਇਆ ਕਰੋ ਬਾਰੀਆਂ ਬੰਨ ਕੇ ਬਹੁਤ ਜ਼ਰੂਰੀ ਆ ਬਾਈ ਬਹੁਤ ਜ਼ਰੂਰੀ ਆ ਮਰ ਜਾਗੇ ਯਾਦ ਰੱਖਿਓ ਪੰਜਾਬ ਮਰ ਜੂ ਇਹੀ ਬੇਨਤੀ ਕਰਦਾ ਜਿੰਨੀਆਂ ਚਲੋ ਬਾਈ ਚਲੋ ਜਿੰਨੀਆਂ ਬਾਈ ਨਿੱਜੀ ਗੱਲਾਂ ਬਾਤਾਂ ਨੇ ਕੋਈ ਗੱਲ ਨਹੀਂ ਪੰਜਾਬ ਆ ਕੇ ਦੇਖ ਲਾਂਗੇ ਪਰ ਅੱਜ ਸੈਂਟਰ ਦੇ ਖਿਲਾਫ ਅੱਜ ਦਿੱਲੀ ਦੇ ਖਿਲਾਫ ਇੱਕ ਹੋਰ ਕੇ ਮੋਰਚਾ ਲਾਉਣਾ ਬਾਈ ਆਪਾਂ ਬਾਈ ਰੂਟ ਆ ਰਾਜਪੁਰਾ ਸ਼ੰਭੂ ਤੇ ਉਦੋਂ ਬਾਅਦ ਅੱਗੇ ਚਲੋ ਬਾਈ ਬਾਈ ਲੱਖੇ ਹਾਂਜੀ ਬੇਨਤੀ ਹੈ ਸਾਰਿਆਂ ਨੂੰ ਹੱਥ ਸਾਰਿਆਂ ਨੂੰ ਚਲੋ ਬਾਈ।